ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬਿਸ਼ਨਪੁਰ ਅਰਾਈਆਂ ਦੇ ਵਿੱਚ ਦੋ ਵਿਅਕਤੀਆਂ ਦੇ ਵਿਚਕਾਰ ਇੱਕ ਮਾਮੂਲੀ ਝਗੜਾ ਇਸ ਕਦਰ ਵਧਿਆ ਕਿ ਦੋ ਪਰਿਵਾਰ ਆਪਸ ਵਿੱਚ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ, ਜਿਸ ਕਾਰਨ ਇੱਕ ਧਿਰ ਦਾ ਪੂਰੇ ਦਾ ਪੂਰਾ ਪਰਿਵਾਰ ਹਸਪਤਾਲ ਵਿੱਚ ਪਹੁੰਚ ਗਿਆ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਦੂਜੀ ਧਿਰ ਦੇ ਵਿਅਕਤੀਆਂ ਦੇ ਵੱਲੋਂ ਉਹਨਾਂ ਦੇ ਉੱਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਅਤੇ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ ਨੇ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਪ੍ਰਭਜੀਤ ਵਾਲ ਹੈ ਜੀ। ਹਾਂਜੀ, ਕਿਹੜਾ ਪਿੰਡ ਵਾ? ਬਿਸ਼ਨਪੁਰ ਰਾਈਆਂ। ਕੀ ਗੱਲ ਕੀ ਹੋਈ ਸੀ, ਜਿਹੜੀ ਕਿ ਲੜਾਈ ਦਾ ਕੀ ਕਾਰਨ ਕੀ ਸੀ? ਗੱਲ, ਮੈਂ ਜਾ ਰਿਹਾ ਸੀਗਾ ਆਪਣਾ ਤੁਰ ਕੇ, ਅਤੇ ਇੱਕ ਟਰੈਕਟਰ ਦੇ ਉੱਤੇ ਉਹ ਆਇਆ ਵਾ ਕਾਕਾ, ਅਤੇ ਉਹਨੇ ਟਰੈਕਟਰ ਦੇ ਪਿੱਛੇ ਤਵੀਆਂ ਪਾਈਆਂ ਹੋਈਆਂ ਸੀਗੀਆਂ। ਉਹਨੇ ਤਵੀਆਂ ਕਾਫੀ ਜ਼ਿਆਦਾ ਟਰੈਕਟਰ ਘੁਮਾਇਆ ਇੱਥੇ ਸੜਕ ਦੇ ਵਿੱਚ। ਉਹਨੂੰ ਮੈਂ ਕਿਹਾ, ਮੈਂ ਕਿਹਾ ਭਾਅ ਜੀ ਥੋੜ੍ਹਾ ਦੇਖ ਯਾਰ, ਮੈਂ ਕਿਹਾ ਮੇਰੇ ਲੱਗ ਗਈਆਂ ਅਤੇ ਖੂਨ ਖਾਨ ਨਿਕਲਣ ਲੱਗ ਪਿਆ, ਮੈਂ ਜਾ ਕੇ ਪੈਲੀ ਦੇ ਵਿੱਚ ਡਿੱਗ ਗਿਆ। ਉਹ ਬੰਦਾ ਨੇ ਕੁਛ ਨਹੀਂ ਪੁੱਛਿਆ, ਰੋਕ ਕੇ ਉਹ ਜਦੋਂ ਰੁਕਿਆ ਤਾਂ ਉਹਨੇ ਇੱਕੋ ਗੱਲ ਕਹੀ, ਕਹਿੰਦਾ ਫਿਰ ਭੈਣ ਜਦੋਂ ਲੱਗ ਗਈਆਂ, ਕਹਿੰਦਾ ਤੁਹਾਨੂੰ ਕਿਹੜਾ ਕੁੱਤੇ ਚੂੜਿਆ ਤੁਰਨਾ ਆਉਂਦਾ ਵਾ। ਉਹਨੇ ਜਾਤ ਨੂੰ ਕਿੱਦਾਂ ਬੋਲਿਆ ਕਾਫੀ ਜ਼ਿਆਦਾ, ਅਤੇ ਗਾਲਾਂ ਕੱਢਣ ਲੱਗ ਪਿਆ, ਟਰੈਕ ਦੇ ਉੱਪਰ ਖੜ੍ਹਾ ਹੋ ਗਏ ਅਤੇ ਬਾਅਦ ਵਿੱਚ ਹੱਥੀ ਪੈ ਗਏ ਨੇ ਸਾਰੇ ਜਣੇ ਆਣ ਕੇ, ਉਹ 9-10 ਜਣੇ ਸੀਗੇ। ਕੀ ਨਾਮ ਸੀ, ਕਿੰਨੇ ਬੰਦੇ ਸੀ ਜਿਹਨੇ ਤੁਹਾਡੇ 'ਤੇ ਹਮਲਾ ਕੀਤਾ? ਨਾਮ ਉਹਨਾਂ ਦੇ 9 ਕੁ ਜਣੇ ਸੀਗੇ। ਨਾਮ ਸੀਗੇ, ਇੱਕ ਕਾਕਾ ਸੀ, ਇੱਕ ਅਵਤਾਰ ਸੀਗਾ, ਅਵਤਾਰ ਦਾ ਮੁੰਡਾ ਸਾਹਿਲ, ਅਤੇ ਬਿੱਲਾ ਸਾਡੇ ਪਿੰਡ ਦੇ ਵਿੱਚੋਂ ਇੱਕ ਕਾਲਾ ਸੀਗਾ। ਇਹਨਾਂ ਨੇ ਸਿਰ ਦੇ ਵਿੱਚ ਜਾਨਲੇਵਾ ਹਮਲਾ ਹੀ ਕੀਤਾ, ਇੱਕ ਹਿਸਾਬ ਦਾ ਮਾਰਨ ਦੀ ਕੋਸ਼ਿਸ਼ ਕੀਤੀ ਸੀਗੀ। ਭਾਲੂ ਸੀਗਾ, ਜੱਸੂ ਸੀ, ਸਤਵੀਰ ਅਤੇ ਸਭ। ਤਾਂ ਹੁਣ ਤੁਸੀਂ ਪੁਲਿਸ ਦੇ ਉੱਚ ਅਧਿਕਾਰੀ ਤੋਂ ਕੀ ਮੰਗ ਕੀ ਕਰਦੇ? ਅਸੀਂ ਇਹੀ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਬਸ ਫੜੋ ਅਤੇ ਇਹਨਾਂ 'ਤੇ ਕਾਨੂੰਨੀ ਕਾਰਵਾਈ ਕਰੋ, ਜੋ ਵੀ ਬਣਦੀ ਹੈ। ਕੀ ਇਸ ਤੋਂ ਪਹਿਲਾਂ ਵੀ ਕੋਈ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਤੁਹਾਨੂੰ ਕੋਈ? ਧਮਕੀ ਮੈਨੂੰ ਤਾਂ ਪਤਾ ਨਹੀਂ, ਬਸ ਆਹ ਹੀ ਗੱਲ ਸੀਗੀ ਹੋਈ। ਅਤੇ ਪਰ ਜਿਹੜਾ ਇਹਨਾਂ ਨੇ ਹਮਲਾ ਕੀਤਾ ਉਹ ਜਾਨਲੇਵਾ ਹੀ ਸੀਗਾ। ਮੈਂ ਇੱਕ ਵਾਰੀ ਡਿੱਗ ਵੀ ਗਿਆ, ਡਿੱਗੇ ਅਤੇ ਤਾਂ ਵੀ ਇਹ ਕੋਟਦੇ ਹੀ ਰਹੇ ਆ। ਕੋਈ ਪੁਰਾਣੀ ਕੋਈ ਰੰਜਿਸ਼ ਵਾ ਜੀ? ਪੁਰਾਣੀ ਕੋਈ ਨਹੀਂ ਸੀ। ਮਤਲਬ ਕਿ ਕਹਿਣ ਦਾ ਮਤਲਬ ਕਿ ਜਾਣ ਬੁੱਝ ਕੇ ਤੁਹਾਡੇ 'ਤੇ ਹਮਲਾ ਕੀਤਾ ਗਿਆ? ਜਾਣ ਬੁੱਝ ਕੇ ਹਮਲਾ ਕੀਤਾ, ਬਸ ਇਹੀ ਗੱਲ ਇਹਨਾਂ ਨੇ ਕਹੀ ਆ ਸਾਰਿਆਂ ਜਣਿਆਂ ਨੇ, ਕਹਿੰਦੇ ਕਿ ਚੂੜਿਆਂ ਦੇ ਧੋਣ ਦੇ ਵਿੱਚ ਕੀ ਲਾਇਆ, ਤੁਹਾਡੇ ਕੋਲ ਗੱਡੀਆਂ ਆ ਗਈਆਂ, ਤੁਹਾਨੂੰ ਖਾਣਾ ਭੁੱਲ ਗਿਆ, ਕਹਿੰਦੇ ਤੁਸੀਂ ਹੁਣ ਤੁਹਾਡੀ ਧੋਣ ਦੀ ਨੀਵੀਂ ਹੁੰਦੀ ਸਾਡੇ ਸਾਹਮਣੇ, ਬਸ ਇਹ ਜਾਤ ਪਾਤ ਨੂੰ ਲੈ ਕੇ ਰੰਜਿਸ਼ਵਾਜੀ। ਹਾਂ, ਬਸ ਜਾਤ ਪਾਤ ਨੂੰ ਲੈ ਕੇ ਇਹ ਸਾਨੂੰ ਨੀਵਾਂ ਸਮਝਦੇ ਆ, ਇਹ ਚਾਹੁੰਦੇ ਵੀ ਸਾਡੇ ਤੋਂ ਧੋਣ ਚੁਕਾ ਕੇ ਲੰਘਣ। ਪਰ ਦੂਜੇ ਪਾਸੇ ਇਸ ਮਾਮਲੇ ਦੇ ਬਾਰੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਣ ਬੁੱਝ ਕੇ ਇਸ ਲੜਾਈ ਨੂੰ ਗੰਭੀਰ ਲੜਾਈ ਦਾ ਰੂਪ ਦਿੱਤਾ ਜਾ ਰਿਹਾ ਹੈ ਅਤੇ ਪੀੜਤ ਧਿਰ ਦੇ ਵੱਲੋਂ ਲਾਏ ਗਏ ਇਲਜ਼ਾਮਾਂ ਨੂੰ ਵੀ ਬੇਬੁਨਿਆਦ ਦੱਸਿਆ ਜਾ ਰਿਹਾ ਹੈ। ਸਰ, ਬਿਸ਼ਨਪੁਰ ਰਈਆਂ ਇੱਟ ਪਰਿਵਾਰ ਦੀ ਲੜਾਈ ਹੋਈ ਹੈ, ਉਹਨਾਂ ਦੇ ਚਾਰ ਜੀ ਜਿਹੜੇ ਸਿਵਲ ਹੋਸਪਿਟਲ 'ਚ ਐਡਮਿਟ ਆ। ਕੀ ਸਾਰਾ ਮਾਮਲਾ ਸੀ? ਇਹ ਬਿਸ਼ਨਪੁਰ ਜਿਹੜਾ ਰਾਈਆਂ ਮੇਰੇ ਥਾਣੇ ਦੇ ਏਰੀਏ 'ਚ ਪੈਂਦਾ। ਇੱਥੇ ਇੱਕ ਬੰਨਿਓਂ ਚਾਰ ਬੰਦੇ ਨੇ, ਇੱਕ ਬੰਨਿਓਂ ਦੋ ਜੀ। ਇਹਨਾਂ ਦੀ ਆਪਸ ਵਿੱਚ ਕਿਸੇ ਲੜਾਈ ਹੋਈ ਹੈ ਵੀ ਇਹਨਾਂ ਦੇ ਦੱਸਣ ਦੇ ਮੁਤਾਬਕ ਵੀ ਲੜਾਈ ਹੋਈ ਹੈ। ਇਹਨਾਂ ਦੀ ਅਸੀਂ ਮੈਂ ਥਾਣੇਦਾਰ ਨੂੰ ਭੇਜਿਆ ਸੀ, ਏਸੀ ਜਸਵਿੰਦਰ ਸਿੰਘ ਗਏ ਸੀ। ਇਹਨਾਂ ਨੇ ਉਦੋਂ ਜਦੋਂ ਬਿਆਨ ਲਿਖਾਉਣ 'ਤੇ ਆਖਿਆ ਵੀ ਸਾਡੀ ਰਾਜੀਨਾਮੇ ਦੀ ਗੱਲ ਚੱਲਦੀ ਹੈ, ਜੇ ਅਸੀਂ ਬਿਆਨ ਨਹੀਂ ਲਿਖਾਉਣੇ। ਉਸ ਸੰਬੰਧੀ ਅਸੀਂ ਜਿਹੜੀ ਆਪਦੀ ਜਿਹੜੀ ਹੈ ਸਾਡੀ ਜਿਹੜੀ ਬਣਦਾ ਪੁਲਿਸ ਦਾ ਵਰਕ ਅਸੀਂ ਉਹ ਕੀਤਾ। ਹੁਣ ਵੀ ਹੁਣ ਮੈਂ ਇਹਦੀ ਮੇਰੇ ਕੋਲ ਏਸੀ ਜਸਵਿੰਦਰ ਸਿੰਘ ਨੇ ਦੱਸਿਆ, ਇਹਦੀ ਮੈਂ ਪੜਤਾਲ ਕਰ ਰਿਹਾ ਜੀ, ਕਿਉਂਕਿ ਇਹ ਹੁਣ ਆਉਂਦੇ ਨੇ ਵੀ ਸਾਡੀ ਲੜਾਈ ਹੋਈ ਹੈ, ਕੋਈ ਚੀਚੀ 'ਤੇ ਕੋਈ ਸੱਟ ਮਾਰੀ ਹੋਈ ਹੈ, ਉਹ ਆਉਂਦੇ ਨੇ ਵੀ ਉਹ ਹੈਈ ਹੈ, ਉਹਦੀ ਮੈਂ ਵੈਰੀਫਾਈ ਕਰ ਰਿਹਾ। ਕਿਉਂ ਇੱਕ ਨੂੰ ਇਹਨੂੰ ਵੀ ਛੋਟਾ ਮਾਮੂਲੀ ਝਗੜੇ ਨੂੰ ਲੜਾਈ ਦਾ ਰੂਪ ਦਿੱਤਾ ਜਾ ਰਿਹਾ, ਇਹਦੀ ਮੈਂ ਤਫਤੀਸ਼ ਕਰ ਰਿਹਾ। ਤਫਤੀਸ਼ ਦੇ ਆਧਾਰ 'ਤੇ
ਜੇ ਸਹੀ ਲੜਾਈ ਹੋਣੀ ਪਾਈ ਤੇ ਪਰਚਾ ਦਰਜ ਰਜਿਸਟਰ ਕੀਤਾ ਜਾਊਗਾ। SHO ਸਾਹਿਬ, ਉਹ ਦਲਿਤ ਪਰਿਵਾਰ ਦੇ ਆਰੋਪ ਆ ਕਿ ਮਤਲਬ ਟਰਾਲੀ ਜਾ ਰਹੀ ਸੀ ਅਤੇ ਬੱਚੇ ਦੇ ਉਹਦੇ ਪੱਤਰਾ ਪੁੱਤਰਾ ਵੱਜਿਆ ਵਾ, ਉਸ ਤੋਂ ਬਾਅਦ ਉਹਦੇ ਸੱਟ ਲੱਗੀ ਆ, ਉਸ ਤੋਂ ਬਾਅਦ ਉਹ ਇਸ ਤੋਂ ਬਾਅਦ ਇੱਟ ਸਾਰਿਆਂ ਪਰਿਵਾਰ ਆ ਰਿਹਾ ਅਤੇ ਜਾਤੀ ਸੂਚਕ ਵੀ ਉਹਨਾਂ ਨੂੰ ਕਾਫ਼ੀ ਕੁਛ ਕਿਹਾ ਗਿਆ। ਨਹੀਂ ਇਹ ਦੇਖੋ ਜੀ, ਇਹਦੀ ਮੈਂ ਪੜਤਾਲ ਖੁਦ ਹੀ ਕੀਤੀ ਹੈ, ਮੇਰੇ ਕੋਲ ਵੀ ਇਹ ਗੱਲ ਆਈ ਸੀ ਵੀ ਇਹ ਜਾਤੀ ਸੂਚਕ ਬੋਲਣ ਨੇ, ਇਹਦੇ ਵਿੱਚ ਕੋਈ ਜਾਤੀ ਸੂਚਕ ਵਾਲੀ ਕੋਈ ਇਹੋ ਜਿਹੀ ਗੱਲਬਾਤ ਨਹੀਂ ਆਈ। ਜੇ ਜਾਤੀ ਸ਼ੋਧਕ ਸ਼ਬਦ ਬੋਲਣਗੇ ਜੋ ਸਾਹਮਣੇ ਆਉਂਦੀ ਗੱਲ ਤੇ ਉਹਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਇਹਨਾਂ ਦੀ ਮਾਮੂਲੀ ਸੀ ਆ ਤਕਰਾਰ ਹੋਇਆ, ਉਹ ਤਕਰਾਰ ਨੂੰ ਜਿਹੜੀਆਂ ਵੀ ਦੇਖੋ ਇੱਕ ਦਾਤਰ ਦਾ ਜਾਂ ਇਹ ਕਿਰਚ ਦਾ ਦੱਸਦੇ ਨੇ, ਇੱਕ ਕਿਰਚ ਜਦੋਂ ਚੱਲਿਆ ਹੋਵੇਗਾ ਜਦੋਂ ਲੜਾਈ ਹੋਈ ਹੋਵੇਗੀ ਤੇ ਉਹ ਕਿਰਚ ਇੱਕ ਸਾਡੀ ਚੀਚੀ ਨੂੰ ਹੀ ਜਿਹੜੀ ਹੱਥ ਦੀ ਉਂਗਲੀ ਹੈ ਉਹਨੂੰ ਹੀ ਥੋੜ੍ਹਾ ਉਹ ਕਵਰ ਕਰੇਗਾ ਜੀ। ਇਸ ਤੋਂ ਸਿੱਧਾ ਹੀ ਸਾਬਤ ਹੁੰਦਾ ਹੈ ਕਿ ਜਿਹੜੀ ਇਹ ਆਪ ਸੱਟ ਮਾਰ ਕੇ ਅਤੇ ਇਹਨਾਂ ਨੇ ਬਣਾਈ ਹੋਈ ਹੈ। ਬਾਕੀ ਮੈਂ ਤਫਤੀਸ਼ ਕਰ ਰਿਹਾ, ਜੇ ਕੋਈ ਸਹੀ ਲੜਾਈ ਹੋਣੀ ਪਾਈ ਗਈ ਜਾਂ ਕੋਈ ਗੱਲਬਾਤ ਜਾਂ ਜਾਤੀ ਸੂਚਕ ਸ਼ਬਦ ਆਏ ਤਾਂ ਉਹਦੇ ਆਧਾਰ 'ਤੇ ਕਾਰਵਾਈ ਹੋਏਗੀ। ਪਰ ਮੇਰਾ ਓਵਰਆਲ ਮੈਂ ਗੁਪਤ ਸੂਚਨਾ ਤੋਂ ਮੈਂ ਇਹਦੀ ਪੜਤਾਲ ਕਰ ਰਿਹਾ, ਕਿਉਂਕਿ ਜੇ ਇਹਨਾਂ ਨੇ ਪਰਚਾ ਦਰਜ ਕਰਾਉਣਾ ਹੁੰਦਾ ਤਾਂ ਉਸੇ ਦਿਨ ਹੀ ਸਾਡੇ ਤੋਂ ਬਿਆਨ, ਜਦੋਂ ਮੇਰਾ ਥਾਣੇਦਾਰ ਗਿਆ ਸੀ ਤਾਂ ਇਹਨਾਂ ਦਾ ਫਰਜ਼ ਬਣਦਾ ਸੀ ਵੀ ਅਸੀਂ ਬਿਆਨ ਲਿਖਾਈਏ। ਸਭ ਤੋਂ ਪਹਿਲਾਂ ਹੀ ਇਹਨਾਂ ਨੇ ਇਹ ਬੋਲਤਾ ਵੀ ਸਾਡੀ ਅਸੀਂ ਅਜੇ ਕਾਰਵਾਈ ਨਹੀਂ ਕਰਾਉਣੀ, ਅਜੇ ਸਾਡੇ ਵੀ ਅਸੀਂ ਸਾਡੀ ਰਾਜੀਨਾਮੇ ਦੀ ਗੱਲ ਚੱਲਦੀ ਹੈ। ਇੱਟ ਉਹਨਾਂ ਦਾ ਸਰ ਪਰਿਵਾਰ ਦਾ ਵੀ ਰੋਪ ਆ ਜੀ, ਇੱਟ ਲੇਡੀਜ਼ ਜਿਹੜੀ ਸੀ ਜਿਹੜੀ ਐਡਮਿਟ ਆ ਹੋਸਪਿਟਲ 'ਚ, ਉਹਦੇ ਕੱਪੜੇ ਕੱਪੜੇ ਵੀ ਫੜੇ ਗਏ ਆ ਉਹ ਦੂਸਰੀ ਧਿਰ ਵੱਲੋਂ। ਨਹੀਂ ਦੇਖੋ, ਉਹਨਾਂ ਇੱਕ ਲੇਡੀਜ਼ ਦਾਖਲ ਸੀ, ਉਹਦੀ ਜਿਹੜੀ MLR ਸਾਡੇ ਕੋਲ ਅਜੇ ਇਨਫੋਰਮੇਸ਼ਨ ਉਹਦੀ ਨਹੀਂ ਆਈ। ਬਾਕੀ ਜਿਹੜੇ ਚਾਰ ਬੰਦੇ, ਇੱਕ ਬੰਨਿਓ ਚਾਰ ਦਾਖਲ ਨੇ, ਇੱਕ ਬੰਨਿਓ ਦੋ ਦਾਖਲ ਨੇ। ਜਿਹੜੇ ਦੋ ਦਾਖਲ ਨੇ ਉਹਨਾਂ ਦੇ ਜਿਹੜੀ MLR ਦੇ ਆਧਾਰ 'ਤੇ ਜਿਹੜੀਆਂ ਸਿਰ ਦੇ ਵਿੱਚ ਸੱਟਾਂ ਆਈਆਂ ਜੀ, ਅਤੇ ਜਿਹੜੇ ਚਾਰ ਬੰਦੇ ਦਾਖਲ ਨੇ ਉਹਨਾਂ ਦੀ ਸਾਰੀਆਂ ਜਿਹੜੀਆਂ ਸੱਟਾਂ ਉਹਨਾਂ ਦੀਆਂ ਵਲੰਟੇ ਨੇ। ਉਹਨਾਂ ਦੀ ਇੱਕ ਸੱਟ ਜਿਹੜੀ ਹੈ ਚੀਚੀ ਦੇ, ਜਿਹੜੀ ਉਹਨਾਂ ਨੇ ਦੱਸਿਆ ਵੀ ਇਹ ਸੱਜੇ ਹੱਥ ਦੀ ਜਿਹੜੀ ਛੋਟੀ ਉਂਗਲੀ ਹੈ ਇੱਥੇ ਵੀ ਇਹ ਵੀ ਸੱਟ ਲੱਗੀ ਹੈ। ਇੱਥੋਂ ਵੀ ਥੋੜ੍ਹਾ ਜਿਹਾ ਇਹ ਥੋੜ੍ਹਾ ਹੁੰਦਾ ਵੀ ਜੇ ਲੜਾਈ ਇੰਨੀ ਹੁੰਦੀ ਹੁੰਦੀ ਤਾਂ ਇੰਨੀ ਕੁ ਮਾਮੂਲੀ ਜਿਹੀ ਸੱਟ ਨਹੀਂ ਆਉਣੀ ਸੀ ਜੀ। ਜਾਂਦਾ ਬਾਕੀ ਅਸੀਂ ਇਹਦੀ ਪੜਤਾਲ ਕਰ ਰਹੇ ਹਾਂ ਜੀ, ਜੋ ਪੜਤਾਲ ਦੇ ਸਾਹਮਣੇ ਆਇਆ ਉਹ ਸਾਰਾ ਬਿਲਕੁਲ ਜੋ ਸਹੀ ਹੋਏਗਾ ਉਹ ਕਰਾਂਗੇ। ਕੀ ਨਾਮ ਹੈ ਜੀ? ਮੇਰਾ ਨਾਮ ਸਾਧੂ ਰਾਮ ਹੈ। ਹਾਂਜੀ, ਕਿਹੜਾ ਪਿੰਡ ਵਾ? ਪਿੰਡ ਬਿਸ਼ਨਪੁਰ ਰਾਈਆਂ ਵਾ। ਸਰ, ਕੀ ਕਾਰਨ ਕੀ ਸੀ ਕਿ ਅੱਜ ਤੁਹਾਡਾ ਇੱਕ ਪੂਰਾ ਪਰਿਵਾਰ ਸਿਵਲ ਹੋਸਪਿਟਲ ਦੇ ਵਿੱਚ ਦਾਖਲ ਆ? ਤਾਂ ਕੀ ਸਾਰਾ ਕੀ ਮਾਮਲਾ ਸੀ ਜਿਹਨੂੰ ਲੈ ਕੇ ਤੁਸੀਂ ਸਾਰਾ ਪਰਿਵਾਰ ਅੱਜ ਹੋਸਪਿਟਲ ਦੇ ਵਿੱਚ ਦਾਖਲ ਹੋਇਆ ਪਿਆ ਵਾ? ਸਰ, ਇਹ ਮਾਮਲਾ ਜਿਹੜਾ ਵਾ ਪਿੰਡ ਦੇ ਵਿੱਚ ਜਾਤੀਵਾਦ ਦਾ ਕਰਕੇ ਹੋਇਆ ਵਾ ਕਿ ਕੁਛ ਬੰਦੇ ਜਿਹੜੇ ਆ ਉਹ ਜਾਤੀਵਾਦ ਤੌਰ 'ਤੇ ਹੀ ਜਿਹੜਾ ਵਾ ਐਸੀ ਭਾਈਚਾਰੇ ਨੂੰ ਚੰਗਾ ਨਹੀਂ ਸਮਝਦੇ ਹੈਗੇ। ਉਹਨਾਂ ਦੇ ਵਿੱਚ ਜਿਹੜੇ ਆ ਉਹਨਾਂ ਨੇ ਕਾਫੀ ਲੋਕਾਂ ਦੇ ਨਾਲ ਪਹਿਲਾਂ ਵੀ ਧੱਕੇਸ਼ਾਹੀਆਂ ਕੀਤੀਆਂ, ਕਾਫੀ ਬੰਦਿਆਂ ਦੇ ਨਾਲ ਉਹਨਾਂ ਦੇ ਝਗੜੇ ਦੇ ਕੇਸ ਕੁਛ ਚੱਲਦੇ ਪਏ ਆ ਕਿ ਉਹ ਇੱਕੋ ਪਰਿਵਾਰ ਫਟਾਫਟ ਹੀ ਜਿਹਨੂੰ ਮਰਜ਼ੀ ਪੈ ਜਾਂਦਾ, ਜਿਹਨੂੰ ਵੀ ਦੇਖਦਾ ਉਹਨੂੰ ਕੁੱਤਿਆਂ ਚੂੜਿਆਂ ਤੋਂ ਬਗੈਰ ਕੱਟੇ ਗੱਲ ਨਹੀਂ ਕਰਦਾ ਹੈਗਾ। ਇਸ ਤਰੀਕੇ ਦੇ ਨਾਲ ਬੋਲਦੇ ਆ, ਬਹੁਤ ਹੀ ਜਿਹੜੀ ਸ਼ਬਦਾਵਲੀ ਆ ਗਲਤ ਸ਼ਬਦਾਵਲੀ ਦੇ ਨਾਲ ਔਰਤਾਂ ਦੇ ਨਾਲ ਅਤੇ ਔਰ ਬੱਚਿਆਂ ਦੇ ਨਾਲ ਸਲੂਕ ਕਰਦੇ ਆ ਉਹ। ਅਤੇ ਜੇ ਗੱਲ ਕੀਤੀ ਜਾਵੇ ਕਿ ਜਿਹੜਾ ਕਿ ਮੇਨ ਲੜਾਈ ਦਾ ਕਾਰਨ ਕੀ ਸੀ ਅਤੇ ਘਟਨਾ ਕਿੱਦਾਂ ਵਾਪਰੀ? ਸਰ, ਕਾਰਨ ਜਿਹੜਾ ਬਣਿਆ ਹੈਗਾ ਵਾ, ਮੇਰਾ ਬੇਟਾ ਜਾ ਰਿਹਾ ਸੀਗਾ ਅਤੇ ਉੱਥੋਂ ਇੱਕ ਤਵੀਆਂ ਵਾਲਾ ਟਰੈਕਟਰ ਨਿਕਲਦਾ ਹੈਗਾ, ਤਵੀਆਂ ਪਾਈਆਂ ਹੋਈਆਂ ਸੀ ਪਿੱਛੇ, ਉਹਦੇ ਹੱਥ ਨੂੰ ਤਵੀਆਂ ਲੱਗੀਆਂ। ਬੇਟੇ ਮੇਰੇ ਨੇ ਖੇਤ ਵੱਲ ਛਾਲ ਮਾਰ ਕੇ ਉਹਦੇ ਡਿੱਗ ਪਿਆ ਉਹ, ਅਤੇ ਉਹ ਟਰੈਕਟਰ ਵਾਲੇ ਨੇ ਉਤਰ ਕੇ ਦੇਖਿਆ ਨਹੀਂ ਕਿ ਮੈਂ ਮਤਲਬ ਦੇਖਾਂ ਉਹਨੂੰ ਕਿ ਸੱਟ ਲੱਗ ਗਈ ਜਾਂ ਨਹੀਂ, ਔਰ ਉਲਟਾ ਉਹਨੂੰ ਕਿਹਾ ਕਿ ਤੁਹਾਡੇ ਧੌਣ ਦੇ ਵਿੱਚ ਕੀਲਾ ਅੜ ਗਿਆ,
ਤੁਹਾਨੂੰ ਚੂੜਿਆਂ ਨੂੰ ਤੁਰਨਾ ਭੁੱਲ ਗਿਆ, ਗੱਡੀਆਂ ਆ ਗਈਆਂ, ਤੁਹਾਨੂੰ ਖਾਣਾ ਨਹੀਂ ਆਉਂਦਾ ਹੁਣ। ਇੰਨੀ ਗੱਲ ਤੋਂ ਫਿਰ ਜਿਹੜਾ ਵਾ ਉਹਨੇ ਉਹਨੂੰ ਦੇਖਿਆ ਨਹੀਂ, ਜਦੋਂ ਬੱਚਾ ਉੱਠ ਕੇ ਖੜਾ ਹੋ ਗਿਆ ਅਤੇ ਮੇਰੇ ਜਾਣ ਤੋਂ ਪਹਿਲਾਂ ਹੀ ਉਹ ਉੱਥੋਂ ਕਿਰਚ ਕੱਢ ਲਈ ਉਹਨੇ ਟਰੈਕਟਰ ਦੇ ਵਿੱਚੋਂ। ਅਤੇ ਜਿਹੜਾ ਹਮਲਾ ਹੋਇਆ ਤੁਹਾਡੇ ਪੂਰੇ ਪਰਿਵਾਰ 'ਤੇ, ਘਰ ਆ ਕੇ ਕੀਤਾ ਇਹਨੇ? ਨਹੀਂ, ਅਸੀਂ ਉੱਥੇ ਬੱਚੇ ਦਾ ਕਰਕੇ ਚਲੇ ਗਏ ਪਿੱਛੇ ਕਿ ਬੱਚੇ ਨੂੰ ਦੇਖਦੇ ਹਾਂ ਵੀ ਕੀ ਗੱਲ ਹੋਈ ਆ। ਉੱਥੇ ਜਾਣ ਤੋਂ ਬਾਅਦ ਵਿੱਚ ਅਸੀਂ ਇੱਕ ਇੱਕ ਕਰਕੇ ਗਏ ਬਾਹਰ ਰੋਡ 'ਤੇ ਹੀ, ਮਤਲਬ ਕਿ ਬਾਹਰ ਰੋਡ 'ਤੇ ਹੀ, ਰੋਡ 'ਤੇ ਹੀ ਤੁਹਾਡੇ ਪਰਿਵਾਰ 'ਤੇ ਹਮਲਾ ਕੀਤਾ? ਜੀ ਬਿਲਕੁਲ, ਪਰਿਵਾਰ 'ਤੇ ਜਿਹੜਾ ਵਾ ਹਮਲਾ ਹੋਇਆ ਉਹ ਰੋਡ ਦੇ ਉੱਤੇ ਹੋਇਆ ਵਾ। ਕਿੰਨੇ ਕੁ ਇਹ ਬੰਦੇ ਸੀ ਜਿਹੜੇ ਵੱਲੋਂ ਹਮਲਾ? ਸਰ ਉਹਨਾਂ ਦੇ ਵਿੱਚ 9 ਬੰਦੇ ਸੀਗੇ, ਜਿਹੜਾ ਕਿ ਪਹਿਲਾਂ ਸਭ ਤੋਂ ਪਹਿਲਾਂ ਬੰਦਾ ਆਉਂਦਾ ਵਾ ਟਰੈਕਟਰ ਦੇ ਉੱਤੇ ਸੀਗਾ, ਜਿਹੜੇ ਬੇਟੇ ਦੇ ਨਾਲ ਉਹਨੇ ਲਾਈਆਂ ਤਵੀਆਂ, ਉਹਦਾ ਨਾਂ ਸੀਗਾ ਆਪਣੇ ਦਾ ਵਰਿੰਦਰ ਸਿੰਘ ਉਰਫ ਕਾਕਾ, ਸਾਨੂੰ ਪਰਮਜੀਤ। ਉਹਦੇ ਨਾਲ ਮੇਰੇ ਬੇਟੇ ਦੇ ਤਵੀਆਂ ਲੱਗਦੀਆਂ ਵਾ ਅਤੇ ਉੱਥੋਂ ਕੰਮ ਜਿਹੜਾ ਵੱਧਦਾ। ਉਸ ਤੋਂ ਬਾਅਦ ਦੇ ਵਿੱਚ ਅਵਤਾਰ ਸਿੰਘ ਆਉਂਦਾ, ਅਵਤਾਰ ਸਿੰਘ ਸਾਨੂੰ ਸੱਜਣ ਸਿੰਘ, ਉਹਦਾ ਮੁੰਡਾ ਆਉਂਦਾ ਵਾ ਹਰਸਿਮਰਤ ਸਿੰਘ, ਸਾਨੂੰ ਅਵਤਾਰ ਸਿੰਘ, ਇਹਨਾਂ ਦੀ ਜਿਹੜੀ ਹੱਲਾ 'ਚ। ਉਸ ਤੋਂ ਬਾਅਦ ਦੇ ਵਿੱਚ ਨਾਲ ਹੀ ਪਰਮਜੀਤ ਸਿੰਘ ਸਨ ਆਫ ਸੱਜਣ ਸਿੰਘ ਆ ਜਾਂਦਾ। ਇਹਨਾਂ ਬੰਦਿਆਂ ਨੇ ਦੋਵਾਂ ਨੇ ਇੰਨਾ ਲਲਕਾਰਾ ਮਾਰਿਆ ਬਹੁਤ ਜ਼ਿਆਦਾ, ਸੱਜਣ ਸਿੰਘ ਨੇ, ਪਰਮਜੀਤ ਨੇ ਅਤੇ ਅਵਤਾਰ ਸਿੰਘ ਨੇ, ਇਹਨਾਂ ਦੀ ਹੱਲਾਸ਼ੇਰੀ ਦੇ ਨਾਲ ਜਿਹੜਾ ਵਾ ਉਹ 9 ਬੰਦਿਆਂ ਨੇ ਸਾਡੇ 'ਤੇ ਅਟੈਕ ਕਰ ਦਿੱਤਾ। ਅਤੇ ਉਸ ਟਾਈਮ 'ਤੇ ਫਿਰ ਮੇਰੇ ਬੱਚੇ ਤਾਂ ਸਿਰਫ ਡੈਡੀ ਸੀਗਾ ਉਸ ਟਾਈਮ 'ਤੇ, ਬੇਟਾ ਮੇਰਾ। ਕੀ ਨਾਮ ਸੀ ਉਹਨਾਂ ਦੇ? ਉਹਨਾਂ ਜਿਹੜੇ ਬੰਦੇ ਸਾਰੇ ਸੀ ਜੀ, ਹਾਂਜੀ, ਇਹਨਾਂ ਦੇ ਵਿੱਚ ਅਵਤਾਰ ਸਿੰਘ ਦਾ ਨਾਮ ਤਾਂ ਮੈਂ ਤੁਹਾਨੂੰ ਦੱਸਤਾ, ਉਹਦੇ ਬੇਟੇ ਦਾ ਨਾਮ ਵੀ ਦੱਸਤਾ ਹੈਗਾ। ਉਸ ਤੋਂ ਬਾਅਦ ਜਸਪਾਲ ਸਿੰਘ ਉਰਫ ਪਾਲੂ, ਜਿਹੜਾ ਮੈਂਬਰ ਪੰਚਾਇਤ ਵੀ ਆ, ਅਤੇ ਉਹਦਾ ਭਰਾ ਨਾਲ ਆਉਂਦਾ ਹੈਗਾ ਟਰੈਕਟਰ 'ਤੇ, ਦੂਸਰੇ ਟਰੈਕਟਰ 'ਤੇ ਜਿਹਦੇ ਵਿੱਚ ਰੋੜੇ ਰੱਖੇ ਹੁੰਦੇ ਆ, ਟਰੈਕਟਰ ਟਰਾਲੀ ਆਉਂਦੀ ਆ ਕਿ ਨਾਲ ਰੋੜੇ ਰੱਖੇ ਹੁੰਦੇ, ਉਹਦਾ ਨਾਮ ਬਿੱਲਾ ਵਾ ਜੀ, ਦਲਜੀਤ ਸਿੰਘ ਉਰਫ ਬਿੱਲਾ, ਸਨ ਆਫ ਸੱਜਣ ਸਿੰਘ। ਉਸ ਤੋਂ ਬਾਅਦ ਦੇ ਵਿੱਚ ਸਤਬੀਰ ਸਿੰਘ ਆਉਂਦਾ, ਸਨ ਆਫ ਗੁਰਦੀਪ ਸਿੰਘ, ਇੱਕ ਸਰਬਜੀਤ ਸਿੰਘ ਆਉਂਦਾ ਸਾਬੀ, ਸਨ ਆਫ ਗੁਰਦੀਪ ਸਿੰਘ, ਅਤੇ ਦੋ ਬੇਟੇ ਉਹਨਾਂ ਦੇ ਹੋਰ, ਇੱਕ ਹੋਰ ਆ ਉਹਦਾ ਨਾਂ ਹੈਗਾ ਵਾ ਆਪਣਾ ਜਸਪਾਲ ਸਿੰਘ, ਜੱਸੂ, ਇਹ ਜਿਹੜਾ ਪਰਮਜੀਤ ਸਿੰਘ ਦਾ ਬੇਟਾ ਵਾ, ਇਹ ਗੱਡੀ ਖੜ੍ਹੀ ਕਰਕੇ ਪਿੰਡ ਦੇ ਵਿੱਚ ਗੱਡੀ ਖੜ੍ਹੀ ਕਰਕੇ ਵਾਪਸ ਉਸ ਜਗ੍ਹਾ 'ਤੇ ਆ ਜਾਂਦਾ ਵਾ, ਇਹ ਗੱਡੀ ਚਲਾਉਂਦਾ ਵਾ। ਔਰ ਮੈਂ ਮੰਗ ਕਰਦਾ ਕਿ ਉਹ ਜਿਹੜੇ ਟਰੈਕਟਰ ਦੇ ਵਿੱਚ ਰੋੜੇ ਸੀਗੇ ਉਹ ਟਰੈਕਟਰ ਔਰ ਤਵੀਆਂ ਦਾ ਟਰੈਕਟਰ ਦੋਨੋਂ ਹੀ ਬੌਂਡ ਕੀਤੇ ਜਾਣ, ਕਿਉਂਕਿ ਕੱਲ੍ਹ ਨੂੰ ਵੀ ਕਿਸੇ ਨਾਲ ਹੋਰ ਦਾ ਵੀ ਹਾਸਾ ਹੋਊਗਾ ਇਹ। ਤਾਂ ਹੁਣ ਤੁਸੀਂ ਪੁਲਿਸ ਦੇ ਉੱਚ ਅਧਿਕਾਰੀ ਤੋਂ ਕੀ ਮੰਗ ਕੀ ਕਰਦੇ ਪਰਿਵਾਰ ਦੇ? ਸਰ ਅਸੀਂ ਮੰਗ ਕਰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਇਹ ਜਾਤੀ ਤੌਰ 'ਤੇ ਇਹ ਚੀਜ਼ ਕੀਤੀ ਜਾ ਰਹੀ ਆ, ਇਹ ਬੰਦ ਹੋਣੀ ਚਾਹੀਦੀ ਆ, ਔਰ ਇਹਨਾਂ ਨੂੰ ਕਾਨੂੰਨੀ ਤੌਰ 'ਤੇ ਜੋ ਸਜ਼ਾ ਮਿਲਦੀ ਆ ਉਹ ਦੇਣੀ ਚਾਹੀਦੀ ਆ। ਔਰ ਸਾਨੂੰ ਇਸ ਟਾਈਮ ਜਿਹੜਾ ਵਾ ਪਿੰਡ ਦੇ ਵਿੱਚ ਇਹਨਾਂ ਤੋਂ ਬਹੁਤ ਖਤਰਾ ਵਾ, ਸਾਡੇ ਬੱਚਿਆਂ ਨੂੰ ਕਿਸੇ ਟਾਈਮ ਵੀ ਕੋਈ ਗੱਲ ਹੁੰਦੀ ਆ ਅਤੇ ਉਹਦੇ ਜ਼ਿੰਮੇਵਾਰ ਜਿਹੜੇ ਤੁਹਾਡੇ ਨਾਲ ਵੀ, ਜਿਹੜੀ ਕਿ ਕਹਿੰਦੇ ਤੁਹਾਡੇ 'ਤੇ ਵੀ ਅਟੈਕ ਹੋਇਆ, ਕਿਸ ਤਰੀਕੇ ਦਾ ਤੁਹਾਡੇ 'ਤੇ ਵੀ ਅਟੈਕ ਕੀਤਾ? ਮੇਰੇ 'ਤੇ ਜਾਨਲੇਵਾ ਅਟੈਕ ਹੋਇਆ ਜੀ, ਜਦੋਂ ਉਹਨੇ ਮੁੰਡੇ ਨੇ ਕਿਰਚ ਕੱਢ ਕੇ ਮਾਰੀ ਆ ਅਤੇ ਮੈਂ ਹੱਥ ਅੱਗੇ ਕਰ ਦਿੱਤਾ ਸੀਗਾ, ਅਤੇ ਉਹ ਹੱਥ ਦੇ ਵਿੱਚ ਮੇਰੇ ਇੱਥੇ 6 ਟਾਂਕੇ ਆ, ਜਿਹੜਾ ਕਿ ਮਤਲਬ ਬਹੁਤ ਹੀ ਤੇਜ਼ ਜਿਹੜੀ ਹਥਿਆਰ ਆ ਉਹਦੀ ਵਰਤੋਂ ਕੀਤੀ ਗਈ ਆ। ਔਰ ਮੇਰੀ ਦਾੜੀ ਨੂੰ ਹੱਥ ਪਾਇਆ ਗਿਆ ਇੱਥੋਂ ਕਿ ਤੈਨੂੰ ਮੈਂ ਸਿਆਣਾ ਬਣਾਉਂਦਾ ਵਾਂ, ਔਰ ਉੱਥੇ ਇੱਕ ਮੁੰਡਾ ਵੀ ਸੀਗਾ ਜਿਹਨੇ ਮੇਰੀ ਦਾੜੀ ਫੜ ਕੇ ਜਿਹੜੀ ਆ ਛਡਾਈ ਉਹਦੇ ਕੋਲੋਂ ਕਿ ਦਾੜੀ ਨੂੰ ਹੱਥ ਛੱਡ ਦੇ, ਇੱਕ ਸਰਦਾਰ ਦੀ ਦਾੜੀ ਨੂੰ ਪਾਇਆ ਜਾਵੇ ਤਾਂ ਉਹ ਦਾੜੀ ਆ ਅਤੇ ਮੋਨਾ ਪਾਰ ਰੱਖ ਲਵੇ ਦਾੜੀ ਤਾਂ ਉਹਦੀ ਕੋਈ ਵੀ ਬੰਦਾ ਪੁੱਟ ਸਕਦਾ, ਇਸ ਚੀਜ਼ ਦਾ ਵੀ ਮੈਨੂੰ ਇਨਸਾਫ ਚਾਹੀਦਾ ਹੈਗਾ ਵਾ। ਕੀ ਨਾਮ ਸੀ ਜਿਹਨੇ ਤੁਹਾਡੀ ਦਾੜੀ ਨੂੰ? ਵਰਿੰਦਰ ਸਿੰਘ ਉਰਫ ਕਾਕਾ, ਸਨ ਆਫ ਪਰਮਜੀਤ। ਅੱਛਾ, ਤੁਸੀਂ ਇਹਦੇ ਲਈ ਵੀ ਕੋਈ ਕਾਨੂੰਨ ਤੋਂ? ਬਿਲਕੁਲ ਜੀ, ਇਹਦੇ 'ਤੇ ਜਿਹੜੀ ਵੀ ਧਾਰਾ ਬਣਦੀ ਹੈਗੀ ਆ ਦਾੜੀ ਨੂੰ ਹੱਥ ਪਾਉਣ ਦੀ, ਉਹ ਧਾਰਾ ਜਿਹੜੀ ਆ ਇਹਨਾਂ 'ਤੇ ਲਾਈ ਜਾਵੇ। ਔਰ ਮੇਰੀ ਭੈਣ ਦੇ ਨਾਲ ਜਿਹੜੀ ਬਦਸਲੂਕੀ ਹੋਈ ਆ, ਉਹਦੇ ਕੱਪੜੇ ਅਵਤਾਰ ਸਿੰਘ ਅਤੇ ਉਹਦਾ ਬੇਟਾ ਜਿਹੜਾ, ਉਹਨਾਂ ਨੇ ਉਹਦੇ ਕੱਪੜੇ ਪਾੜ ਦਿੱਤੇ ਸੀਗੇ, ਔਰ ਦੂਸਰਾ ਬੇਹੋਸ਼ ਹੋ ਗਈ ਉਹ 6 ਘੰਟੇ ਐਮਰਜੈਂਸੀ ਅਸੀਂ ਸਤਿਅਮ ਦੇ ਵਿੱਚ ਲੈ ਕੇ ਗਏ, ਸਤਿਅਮ ਤੋਂ ਮੁੜ ਕੇ ਰੈਫਰ ਕਰਵਾ ਕੇ ਫਿਰ ਦੁਬਾਰਾ ਇੱਥੇ ਹੋਸਪਿਟਲ ਦੇ ਵਿੱਚ ਜਿਹੜੇ ਇਲਾਜ ਆ ਚੱਲਦੀ ਆ, ਉਹਦਾ ਇਲਾਜ ਚੱਲਦਾ ਪਿਆ, ਉਹਦੀ ਵੀ ਮੰਗ ਕਰਦੇ ਕਿ ਉਹਨੂੰ ਜੋ ਇਨਸਾਫ ਹੈ ਉਹ ਮਿਲਣਾ ਚਾਹੀਦਾ।
ਕਪੂਰਥਲਾ ਤੋਂ ਲਾਈਵ ਤੇਜ਼ ਚੈਨਲ ਦੇ ਲਈ ਨਰੇਸ਼ ਖੋਸਲਾ ਦੀ ਵਿਸ਼ੇਸ਼ ਰਿਪੋਰਟ।